ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਅੱਜ ਜੀ ਬਾਬਾ ਬਕਾੜਾ ਲਾਗੇ ਪਿੰਡ ਆਂਟੀ ਕੀ ਨਾਮ ਆ ਪਿੰਡ ਦਾ ਦੋਲੋ ਨੰਗਲ ਕਰਕੇ ਪਿੰਡ ਦਾ ਨਾਮ ਆ ਤੇ ਆਂਟੀ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਹਸਬੈਂਡ ਦਾ ਸਾਲ ਹੋ ਗਿਆ ਗੱਲ ਨੂੰ ਤੇ ਉਹਨਾਂ ਦੇ ਪੈਰ ਦਾ ਮਤਲਬ ਐਕਸੀਡੈਂਟ ਹੋਇਆ ਸੀਗਾ ਤੇ ਪੈਰ ਸਾਰਾ ਉਹਨਾਂ ਦਾ ਨਿਕਲ ਚੁੱਕਾ ਵਾ ਪੈਰ ਹੈ ਹੀ ਨਹੀਂ ਆ ਸੋ ਉਹਨਾਂ ਦੇ ਘਰ ਦਾ ਕੁਛ ਵੀ ਨਹੀਂ ਮਤਲਬ ਘਰ ਤੁਸੀਂ ਦੇਖ ਸਕਦੇ ਹੋ ਬਹੁਤ ਮਾੜੇ ਹਾਲਾਤ ਆ ਘਰ ਦੇ ਵੀ ਰੋਟੀ ਜੋਗੇ ਪੈਸੇ ਮਹਾਂ ਹੁੰਦੇ ਆ ਇਹਨਾਂ ਕੋਲ ਤੇ ਰਹਿਣ ਘਰ ਲਈ ਤਾਂ ਛੱਤ ਹੀ ਨਹੀਂ ਹੈਗੀ ਸਿਰ ਤੇ ਬਿਲਕੁਲ ਵੀ ਛੱਤ ਨਹੀਂ ਹੈਗੀ ਮੈਂ ਤੁਹਾਨੂੰ ਘਰ ਦਿਖਾ ਦਿੰਦੀ ਹਾਂ ਤੁਸੀਂ ਇੱਕ ਵਾਰ ਆ ਕੇ ਦੇਖ ਲਓ ਘਰ ਨੂੰ ਬਾਲੇ ਸਾਰੇ ਚੋਂਦੇ ਪਏ ਉੱਪਰ ਉੱਪਰ ਦਿਖਾ ਦਿਓ ਸਾਰੇ ਬਾਲੇ ਵਗੈਰਾ ਚੋਂਦੇ ਪਏ ਆ ਬੁਰਾ ਹਾਲ ਹੋਇਆ ਪਿਆ ਸਾਰਾ ਅੰਦਰ ਦਰਵਾਜੇ ਵਗੈਰਾ ਵੀ ਸਾਰਾ ਕੁਛ ਟੁੱਟਿਆ ਹੋਇਆ ਆਂਟੀ ਰੋਵੋ ਨਾ ਕੁਛ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਦਿਖਾਇਆ ਬਹੁਤ ਮਾੜੇ ਹਾਲਾਤ ਆ ਹੈ ਨਾ ਹੁਣ ਘਰ 'ਚ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਤੇ ਬੱਚੇ ਵੀ ਛੋਟੇ ਆ ਪੜ੍ਹਾਈ ਵਗੈਰਾ ਵੀ ਨਹੀਂ ਉਹਨਾਂ ਤੋਂ ਹੁੰਦੀ ਪਈ ਆ ਕੁਛ ਵੀ ਆ ਤੇ ਆਪਾਂ ਹੁਣ ਇੱਕ ਚੀਜ਼ ਕਰਨੀ ਕਿ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਉਹਨਾਂ ਦੇ ਅੱਗੇ ਇੱਕ ਬੇਨਤੀ ਆ ਵੀ ਜਿੰਨਾ ਹੋ ਸਕੇ ਤੁਸੀਂ ਆਪਣਾ ਜਿੰਨਾ ਵੀ ਤੁਹਾਡੇ ਕੋਲ ਬਣਦਾ ਸਰਦਾ ਵਾ ਤੁਸੀਂ ਹੈ ਨਾ ਪੇਟੀਐਮ ਗੂਗਲ ਪੇ ਜਾਂ ਕੁਛ ਵੀ ਮੈਂ ਥੱਲੇ ਤੁਹਾਨੂੰ ਲਿਖ ਦੂੰਗੀ ਠੀਕ ਆ ਪਲੀਜ਼ ਤੁਸੀਂ ਹੈ ਨਾ ਥੋੜ੍ਹਾ ਬਹੁਤਾ ਡੋਨੇਟ ਕਰੋ ਕਿ ਆਪਾਂ ਇਹਨਾਂ ਨੂੰ ਇੱਕ ਵਧੀਆ ਜਿਹਾ ਘਰ ਅਤੇ ਆਪਣਾ ਸੁਖੀ ਪਰਿਵਾਰ ਨਾਲ ਰਹਿ ਸਕਣ।